ਅੱਜ ਸਾਡੇ ਸ਼ਹਿਰ ਧਾਰੀਵਾਲ ਵਿੱਚ ਬਹੁਤ ਮੰਗ ਭਾਜੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਲ ਜੀ ਟੀ ਵੀ ਸੈਂਟਰ ਜੋ ਵਿੱਕੀ ਭਾਜੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਣੀਆਂ ਦੇ ਲਾਗੇ ਆ ਉਹਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤੀ 10:52 ਤੇ ਜੋ ਕਿ ਬਹੁਤ ਜ਼ਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫ਼ੀ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਚੁੱਕਿਆ ਵਾ ਜਿਹਦੇ 'ਤੇ ਮੌਕੇ 'ਤੇ ਫਾਇਰ ਬ੍ਰਿਗੇਡ ਦਾ ਅਸੀਂ ਧੰਨਵਾਦ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਬਹੁਤ ਮਤਲਬ ਕਿ ਉਹਨਾਂ ਦਾ ਨੁਕਸਾਨ ਹੋ ਗਿਆ ਹੈ। ਹਾਂਜੀ ਸਰ ਦੱਸ ਦਿਓ ਜੀ ਕੀ ਅੱਜ ਦਾ ਜਿਹੜਾ ਅੱਗ ਦਾ ਮੰਜ਼ਰ ਸੀਗਾ। ਸਰ ਮੇਰਾ ਨਾਮ ਅਮਨਦੀਪ ਹੈ ਸਰ, ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਹਾਂ ਅਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚੀਆਂ ਨੇ ਅਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਦੀ ਗੋਦਾਮ ਵਿੱਚ ਅੱਗ ਲੱਗੀ ਹੈ। ਸਾਨੂੰ 10:52 ਦੇ ਸਾਨੂੰ ਕਾਲ ਆਈ ਹੈ। ਸਰ ਸਰ ਕਿਸ ਜਗ੍ਹਾ ਦੇ ਉੱਤੇ ਤੁਸੀਂ ਪਹੁੰਚੇ ਹੋਏ, ਥੋੜਾ ਜਗ੍ਹਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾ ਜੀ। ਸਰ ਲਾਲ ਜੀ ਟੀ ਵੀ ਸੈਂਟਰ ਆਪਣਾ ਮੜੀਆਂ ਲੱਗੇ ਧਾਰੀਵਾਲ ਜੀ। ਹਾਂਜੀ, ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਕਿ ਅੱਗ ਬਹੁਤ ਭਿਆਨਕ ਲੱਗੀ ਹੋਈ ਹੈ ਜਿੱਥੇ ਕਿ ਸਾਡੇ ਫਾਇਰ ਕਰਮਚਾਰੀ ਨੇ ਮੌਕੇ 'ਤੇ ਜਦੋਂ ਜਾਇਆ ਨਾ ਅੱਗ 'ਤੇ ਕਾਬੂ ਪਾਇਆ। ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨ ਵਾ, ਦੱਸ ਦਿਓ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ। ਸਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜੈਂਟ ਹਾਂ ਕਿ ਕਿ ਬਾਈ ਚਾਂਸ ਅੱਗੇ ਅੱਗ ਲੱਗਦੀ ਹੈ ਤਾਂ ਅਸੀਂ ਉਹਨੂੰ ਬੁਝਾ ਸਕੀਏ। ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ, ਕੀ ਕਾਰਨ ਵਾ ਅੱਗ ਲੱਗਣ ਦਾ? ਸਰ ਇਹ ਕਾਰਨ ਨਾ ਮਾਲੂਮ ਹੈ ਅਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿਸ ਦੌਰਾਨ ਅੱਗ ਲੱਗੀ ਹੈ। ਕੁਲਦੀਪ ਰਾਜੀ ਅਤੇ ਬਸ ਭਾਅ ਜੀ ਦਾਖੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ, ਇਹਨਾਂ ਦਾ ਮੈਨੂੰ ਫੋਨ ਆਇਆ 10:25 ਦੇ, ਕਹਿੰਦੇ ਅੰਦਰੋਂ ਅੱਗ ਦੀ ਬੜੀ ਹੈ। ਮੈਂ ਆਇਆ ਆਉਂਦਿਆਂ ਸਾਡੇ ਬਾਹਰ ਬੰਬੀ ਦਾ ਪਾਣੀ ਚੱਲਦਾ, ਬਾਲਟੀਆਂ ਬੁਲਟੀਆਂ ਬੜੀਆਂ ਮਾਰੀਆਂ, ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ, ਉਹਨਾਂ ਦਾ ਬੜਾ ਸਾਥ ਸੀ। ਫਿਰ ਭਾਅ ਜੀ ਆਪਣੀ ਫਾਇਰ ਬ੍ਰਿਗੇਡ ਵੀ ਆ ਗਏ 2-3, ਪਰ ਉਸ ਤੋਂ ਪਹਿਲਾਂ ਹੀ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਮੈਨੂੰ ਕੁਛ ਵੀ ਨਹੀਂ ਬਚਿਆ ਭਾਅ ਜੀ। ਤੁਸੀਂ ਸਾਡੇ ਏ ਸੀ ਸੀ, LED ਸੀ, ਵਾਸ਼ਿੰਗ ਮਸ਼ੀਨ ਸੀ, ਗੀਜ਼ਰ ਸੀ, ਬੈਟਰੀ ਸੀ, ਮਤਲਬ ਟੋਟਲ ਇਲੈਕਟ੍ਰੋਨਿਕ ਸਾਰਾ ਹੀ ਭਾਅ ਜੀ। ਨੁਕਸਾਨ ਭਾਅ ਜੀ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਹੈ। ਅੱਗ ਫਿਰ ਭਾਅ ਜੀ ਦੇਖੋ ਫਾਇਰ ਬ੍ਰਿਗੇਡ ਵੀ ਆ ਗਈਆਂ, ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ, ਬਾਹਰ ਸਾਡੀ ਬੰਬੀ ਚੱਲਦੀ ਆ ਨਾਲ ਲੀਚੀਆਂ ਦਾ ਬਾਗ ਆ, ਉਹਨਾਂ ਨੇ ਬੰਬੀ ਚਲਾਈ, ਫਿਰ ਉਸ ਤੋਂ ਆਪਾਂ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ, ਅੱਗ ਭਾਅ ਜੀ ਕਾਬੂ ਹੋਇਆ 3-4 ਘੰਟੇ ਬਾਅਦ, ਪਰ ਬਚਿਆ ਕੁਛ ਨਹੀਂ, ਤੁਸੀਂ ਦੇਖ ਹੀ ਆ ਸਾਰਾ। ਪਤਾ ਨਹੀਂ ਲੱਗਾ ਕਿਸ ਤਰ੍ਹਾਂ ਅੱਗ ਲੱਗੀ ਨਹੀਂ ਭਾਅ ਜੀ, ਅਜੇ ਇਹਦਾ ਨਹੀਂ ਕੁਝ ਪਤਾ। ਮੈਂ ਤਾਂ ਕੀ ਮੰਗ ਕੀ ਕਰਦੇ ਭਾਈ, ਪ੍ਰਸ਼ਾਸਨ ਇਹੀ ਮੰਗ ਕਰਦੇ ਹਾਂ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸੜ ਕੇ ਸੁਆਹ ਚੁੱਕੀ ਹੈ, ਠੀਕ ਹੈ ਜੀ, ਅਤੇ ਹੁਣ ਪ੍ਰਸ਼ਾਸਨ ਇਹੀ ਮੰਗ ਕਰਦੇ ਸਾਡੀ ਮਦਦ ਕੀਤੀ ਜਾਏ, ਜਿਹੜਾ ਸਾਡਾ ਨੁਕਸਾਨ ਹੋਇਆ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ, ਹੁਣ ਇਹ ਪ੍ਰਸ਼ਾਸਨ ਕੋਲ ਬਸ ਮਦਦ ਮੰਗਦੇ ਹਾਂ ਜੀ।